ਬਾਈ ਜੀ ਕਿੰਨੇ ਕਿੰਨੇ ਇਹ ਵੀਡੀਓ ਹੱਲੇ ਤੱਕ ਨਹੀਂ ਵੇਖੀ। ਹੋ ਨਹੀਂ ਸਕਦਾ ਕਿ ਕੋਈ ਬੰਦਾ ਜਿਹੜਾ ਘੋੜਿਆਂ ਨੂੰ ਪਸੰਦ ਕਰਦਾ ਹੋਵੇ ਇਹ ਵੀਡੀਓ ਵੇਖਣ ਤੋਂ ਵਾਂਝਾ ਰਹਿ ਗਿਆ ਹੋਵੇ। ਮਿੱਤਰੋ ਹੁਣ ਤੱਕ ਇਸ ਵੀਡੀਓ ਨੂੰ 17 ਲੱਖ ਵਾਰ ਵੇਖਿਆ ਜਾ ਚੁੱਕਾ। ਆਪਣੇ ਪੇਜ ਸ਼ਾਹੀ ਸਵਾਰੀ ਦੇ ਸ਼ੌਕੀਨ 'ਤੇ ਇਸ ਵੀਡੀਓ ਦੇ 1.7 ਮਿਲੀਅਨ ਵਿਊ ਨੇ। ਦੋਸਤੋ ਇਹ ਜੀ ਵਛੇਰਾ ਫਤਿਹ ਨੂਰ, ਬਹੁਤ ਹੀ ਜ਼ਿਆਦਾ ਸੋਹਣਾ ਵਛੇਰਾ ਜੀ। ਆਓ ਦੋਸਤੋ ਇਸ ਦੇ ਮਾਲਕ ਨਾਲ ਗੱਲ ਕਰਦੇ ਹਾਂ, ਪੁੱਛਦੇ ਹਾਂ ਜੀ ਇਸ ਵਛੇਰੇ ਦੀ ਕੀ ਲਾਈਨ ਹੈ, ਕੀ ਖਾਨਦਾਨ ਹੈ, ਅਤੇ ਸਾਰੀ ਜਾਣਕਾਰੀ ਲੈਂਦੇ ਹਾਂ ਜੀ ਬਾਈ ਹੁਣਾਂ ਤੋਂ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਆਪਣਾ ਨਾਮ ਕੀ ਹੈ ਜੀ? ਬਲਵੰਤ ਸਿੰਘ ਜੀ। ਬਲਵੰਤ ਸਿੰਘ ਜੀ, ਅਤੇ ਤੁਸੀਂ ਵੀ ਹੁਣ ਤੱਕ ਜੀ ਮਤਲਬ ਵਪਾਰ ਵੀ ਕਰਦੇ ਰਹੇ ਜੀ ਘੋੜਿਆਂ ਦਾ, ਜਾਂ ਤੁਸੀਂ ਹਮੇਸ਼ਾ ਘੋੜੇ ਘਰੇ ਪਾਲੇ ਆ ਜੀ? ਪਹਿਲਾਂ ਕਰਦੇ ਸੀਗੇ ਜੀ। ਹਾਂਜੀ ਦਿੰਦੇ ਵੀ ਸੀ, ਲੈਦੇ ਲਈਦੇ ਸੀਗੇ। ਹਾਂਜੀ, ਤੇ ਹੁਣ ਨਹੀਂ ਕਰਦੇ, ਹੁਣ ਇਹ ਸਿਰਫ ਸ਼ੌਕੀਆ ਤੌਰ ਤੇ। ਤੁਸੀਂ ਕੱਲਾ ਬੱਚਾ ਵੀ ਤੁਹਾਡਾ ਦਿਲ ਲੱਗਾ ਰਵੇ, ਹਾਂਜੀ, ਤੇ ਨਾਲੇ ਪਾਲ ਕੇ ਤੁਸੀਂ ਇਹਨੂੰ ਇੱਕ ਆਸਟ੍ਰੇਲੀਅਨ ਬਣਾਉਣਾ ਚਾਹੁੰਦੇ ਹੋ? ਹਾਂਜੀ ਬਿਲਕੁਲ, ਤਾਂ ਤੁਸੀਂ ਇਹਨੂੰ ਪਾਲ ਰਹੇ ਆ? ਹਾਂਜੀ ਹਾਂਜੀ ਹਾਂਜੀ। ਤੇ ਤੁਹਾਡਾ ਕਿੰਨਾ ਕਿੰਨੇ ਸਾਲ ਵੈਸੇ ਤੁਹਾਡਾ ਤਜਰਬਾ ਰਿਹਾ ਜੀ ਘੋੜਿਆਂ ਦੇ ਵਿੱਚ? ਹੋਊ ਜੀ ਲਗਭਗ 35-40 ਸਾਲ ਦੇ। ਠੀਕ ਹੈ ਜੀ। ਹਾਂਜੀ ਵੀਰੇ ਕੀ ਹਾਲ ਚਾਲ ਹੈ? ਵਧੀਆ ਵੀਰ ਜੀ, ਤੁਸੀਂ ਸੁਣਾਓ? ਠੀਕ ਠਾਕ ਠੀਕ ਠਾਕ ਹੋ ਜੀ? ਹੋਰ ਵੀਰੇ ਕੀ ਨਾਂ ਹੈ ਜੀ ਆਪਣਾ? ਮੇਰਾ ਨਾਂ ਗੁਰਪਾਲ ਸਿੰਘ ਜੀ ਹੈ ਜੀ। ਗੁਰਪਾਲ ਸਿੰਘ। ਹਾਂ ਜੀ ਵੀਰੇ, ਆਪਣਾ ਪਿੰਡ ਦਾ ਕੀ ਨਾਂ ਹੈ? ਪੱਖੋਵਾਲ ਜੀ। ਪੱਖੋਵਾਲ ਲੁਧਿਆਣਾ। ਹਾਂ ਜੀ ਪੱਖੋਵਾਲ ਲੁਧਿਆਣਾ, ਯੋਧਾ ਦੇ ਲਾਗੇ ਰਹਿ ਜਾਂਦਾ ਜੀ, ਇੱਧਰੋਂ ਰੈਕੋਰਡ ਦੇ ਲਾਗੇ ਆ, ਹਾਂ ਯੋਧਾ ਦੇ ਲਾਗੇ, ਇੱਧਰੋਂ ਇੱਧਰੋਂ ਸੁਧਾਰ ਦੇ ਲਾਗੇ ਜੀ। ਠੀਕ ਹੈ ਜੀ, ਠੀਕ ਹੈ, ਵਿਚਾਲੇ ਹੋ ਤੁਸੀਂ? ਹਾਂ ਜੀ ਵਿਚਾਲੇ। ਠੀਕ ਹੈ। ਅੱਛਾ ਵੀਰੇ, ਇਹ ਤੁਹਾਡੇ ਕੋਲ ਬਛੇਰਾ ਆ, ਤੁਸੀਂ ਬਛੇਰੇ ਬਾਰੇ ਜਾਣਕਾਰੀ ਦਿਓਗੇ? ਹਾਂ ਜੀ, ਇਹਦਾ ਨਾਮ ਫਤਿਹ ਨੂਰ ਹੈ ਜੀ। ਫਤਿਹ ਨੂਰ। ਹਾਂ ਜੀ ਜੀ। ਹਾਂਜੀ, ਇਹ ਬਾਦਲ ਵਾਲੇ ਮਹਾਰਾਜੇ ਦਾ ਜੀ ਬੱਚਾ ਵਾ। ਅੱਛਾ, ਜਿਹੜਾ ਬਾਦਲ ਫਾਰਮ ਤੇ ਹੈ ਜੀ ਮਹਾਰਾਜਾ ਘੋੜਾ, ਮਹਾਰਾਜਾ ਘੋੜਾ ਉਸ ਦਾ ਬੱਚਾ ਹੈ? ਹਾਂ ਜੀ ਉਸ ਦਾ ਬੱਚਾ ਜੀ। ਠੀਕ ਹੈ। ਮਦਰ ਵਾਲੇ ਪਾਸੋਂ ਇਹ ਅੰਬੋਹਰ ਬਲੱਡ ਲੈਂਦੀ ਇਹਦੀ ਮਦਰ ਆਈ। ਅੱਛਾ, ਮਦਰ ਦੀ ਅਬੋਹਰ ਲੈਂਦੀ ਹੈ? ਅਬੋਹਰ ਲੈਂਦੀ ਹੈ। ਓਕੇ, ਤੇ ਉਹ ਵੀ ਨੁਕਰੀ ਆਈ? ਅੱਛਾ। ਹਾਂ ਜੀ, ਆਪਾਂ ਇਹ ਚੀਜ਼ ਦੇਖ ਕੇ ਲਈ ਆ ਵੀ ਨੁਕਰੀ ਉਹ ਘੋੜੀ ਦਾ ਹੋਵੇ ਤੇ ਨੁਕਰੇ ਹੀ ਘੋੜੇ ਦਾ ਹੋਵੇ ਜੀ। ਅੱਛਾ ਠੀਕ ਹੈ। ਹਾਂਜੀ ਠੀਕ ਹੈ, ਠੀਕ ਹੈ ਜੀ, ਬਹੁਤ ਚੰਗਾ ਜੀ। ਨੁਕਰੇ ਦੇ ਜਿਵੇਂ ਮਾਂ ਵੀ ਨੁਕਰੀ, ਪਿਓ ਵੀ ਨੁਕਰਾ, ਤੇ ਗਾਂ ਬੱਚੇ ਵੀ ਚੰਗੇ ਨੁਕਰੇ ਆਉਣਗੇ। ਹਾਂਜੀ ਗੱਲ ਇਹੀ ਆਈ। ਹਾਂਜੀ ਹਾਂ। ਆਪਣੇ ਕੋਲ ਕਿੰਨੇ ਜਾਨਵਰ ਹੈ ਜੀ? ਇਸ ਵੇਲੇ 1 ਹੀ ਹੈ ਜੀ। ਫਿਲਹਾਲ ਤੁਸੀਂ ਹੁਣ ਬਛੇਰਾ ਤਿਆਰ ਕਰ ਰਹੇ ਹਾਂ? ਸਟੈਲੀਅਨ ਤਿਆਰ ਕਰ ਰਹੇ ਹਾਂ ਜੀ। ਅੱਛਾ, ਇਹਨੂੰ ਸਟੈਲੀਅਨ ਤਿਆਰ ਕਰੋਗੇ? ਕਿੰਨੇ ਚਿਰ ਦਾ ਹੋ ਗਿਆ ਜੀ ਬਛੇਰਾ ਇਹ? ਇਹ 15 ਮੰਥਸ ਦਾ ਹੋ ਗਿਆ ਜੀ। ਅੱਛਾ, ਹਲੇ 15 ਮਹੀਨਿਆਂ ਦਾ ਹੋ ਗਿਆ? ਹਾਂਜੀ। ਠੀਕ ਹੈ ਜੀ। ਹੁਣ ਆਪਣਾ ਤੁਹਾਡਾ, ਤੁਸੀਂ ਘੋੜਿਆਂ ਦੇ ਪ੍ਰਤੀ, ਤੁਸੀਂ ਘੋੜਾ ਪਾਲਦੇ, ਤੁਸੀਂ ਸਾਂਭ ਸੰਭਾਲ ਆਪ ਕਰਦੇ ਆ ਦੀ? ਹਾਂਜੀ ਸਾਰੇ। ਕੀ ਕੁਛ ਕਰਦੇ ਆ ਤੁਸੀਂ ਸਾਂਭ ਸੰਭਾਲ ਚ ਇਹਦੇ ਲਈ? ਸਾਂਭ ਸੰਭਾਲ ਇਹਦੀ ਮੈਂ ਆਪ ਹੀ ਕਰਦਾ ਜੀ। ਹਾਂਜੀ, ਜਿਵੇਂ ਖਰਖਰਾ ਕਰਨਾ, ਇਹਨੂੰ ਨਹਾਉਣਾ ਧੋਣਾ, ਕੁਛ ਵੀ ਪਾਉਣਾ ਵਾ, ਕੁਛ ਵੀ ਮੈਂ ਬੰਦਿਆਂ ਦੇ ਸਿਰ ਤੇ ਨਹੀਂ ਛੱਡਦਾ ਹੈਗਾ। ਓਕੇ, ਸਾਰੀ ਸੰਭਾਲ ਇਹਦੀ ਮੈਂ ਆਪ ਹੀ ਕਰਨੀ ਹੈ ਜੀ। ਓਕੇ, ਕਿਹੋ ਜਿਹੀ ਮੈਂ ਕਿਤੇ ਗਿਆ ਹੋਇਆ ਬਾਹਰ ਆ ਕਿਤੇ, ਇਹਨੂੰ ਉਸ ਹਿਸਾਬ ਨਾਲ ਬੰਦੋਬਸਤ ਇਹਦਾ ਕਰਕੇ ਜਾਂਦਾ ਮੈਂ, ਬਈ ਇਹਨੂੰ ਕੋਈ ਪਿੱਛੇ ਦਿੱਕਤ ਨਾ ਆਵੇ ਕਿਸੇ ਤਰ੍ਹਾਂ ਦੀ। ਠੀਕ ਹੈ। ਹਾਂਜੀ, ਵੀ ਸਾਰਾ ਧਿਆਨ ਤੁਹਾਡਾ ਘੋੜੇ 'ਚ ਰਹਿੰਦਾ ਹੈ? ਹਰ ਵਾਰ ਤੇ ਦਿਨ ਭਰ ਰਾਤ, ਮਤਲਬ ਪੂਰਾ ਰਾਤ ਦਿਨ ਤੁਸੀਂ ਘੋੜੇ 'ਚ ਵਿਅਸਤ ਰਹਿੰਦੇ ਆ? ਹਾਂ, ਬੱਚਿਆਂ ਨੂੰ ਪਾਲੀ ਦੇ ਤੇ ਉਹ ਬਹੁਤ ਕਰਦਾ ਇਹ ਮੇਰਾ। ਠੀਕ ਹੈ। ਹਾਂ ਬਹੁਤ ਉਹ ਕਰਦਾ ਜੀ ਇਹ ਮੇਰਾ, ਖੁੱਲਾ ਛੱਡਦੇ ਹਾਂ ਮੈਂ ਜਿੱਥੇ ਮਰਜ਼ੀ ਆਵਾਜ਼ ਮਾਰਦੇ ਆ ਫਤਿਹ ਕੇ ਕੀ, ਭੱਜਿਆ ਆਉਂਦਾ ਮੇਰੇ ਕੋਲੇ ਜੀ। ਅੱਛਾ। ਹਾਂਜੀ, ਵਾਹ, ਇਹਦੇ ਹੀ ਹੈ ਜੀ ਤੁਸੀਂ ਪਾਲਿਆ? ਕਿੰਨੇ ਚਿਰ ਦਾ ਬਛੇਰਾ ਲਿਆ ਸੀ ਇਹ? ਇਹ ਆਪਾਂ 4.5 ਮਹੀਨੇ ਦਾ ਲਿਆਂਦਾ ਸੀ ਜੀ। ਅੱਛਾ, ਉਦੋਂ ਇਹ ਛੋਟਾ ਸੀਗਾ? ਹਾਂਜੀ ਛੋਟਾ। 4.5 ਮਹੀਨੇ ਦਾ ਲੈ ਕੇ ਪਾਲਿਆ ਤੁਸੀਂ? ਹਾਂਜੀ ਹਾਂਜੀ, ਦੁੱਧ ਪਿਲਾ ਵੀ, ਦੁੱਧ ਪਿਲਾ ਕੇ ਸਪੈਸ਼ਲ ਗਾਂ ਲਿਆਂਦੀ ਇਹਦੇ ਵਾਸਤੇ ਜੀ। ਅੱਛਾ। ਹਾਂ, ਆਪ ਹੀ ਫਿਰ ਦੁੱਧ ਪਿਲਾਉਂਦੇ ਇਹਨੂੰ, ਸਾਰਾ ਗਾਂ ਦਾ ਦੁੱਧ ਇਹਨੂੰ ਪਿਲਾ ਕੇ। ਹਾਂ, ਉਵੇਂ ਹੀ ਪਾਲਿਆ। ਅੱਛਾ, ਠੀਕ ਹੈ, ਗਾਂ ਦੇ ਦੁੱਧ ਤੇ ਪਾਲਿਆ ਜੀ? ਜਦੋਂ ਦਿਨ ਆਪਾਂ ਇਹ ਘਰੇ ਲਿਆਂਦਾ ਜੀ, ਆਪਣੇ ਘਰੇ ਵੜਿਆ, ਇੱਕ ਦਿਨ ਵੀ ਆਪਾਂ ਨਾਗਾ ਨਹੀਂ ਪੈਣ ਦਿੱਤਾ, 2.5 ਤੋਂ 3 ਕਿਲੋ ਛੋਲੇ ਇਹਨੂੰ। ਅੱਛਾ। ਡੇਲੀ ਭਿਉਂ ਕੇ ਦਿਨੇ ਹੀ ਦਿਨੇ ਆ। ਅੱਛਾ, ਡੇਲੀ ਦੇ ਦਿਨੇ ਆ ਜੀ, ਕਦੇ ਇਹ ਨਹੀਂ ਗਾ ਕਦੇ ਵੀ ਨਾਗਾ ਪਈਊਗਾ। ਹਾਂਜੀ, ਹੋਇਆ ਨਹੀਂ ਕਦੇ ਇਦਾਂ ਦਾ। ਠੀਕ ਹੈ ਜੀ। ਹੋਰ ਘੋੜਿਆਂ ਦੇ ਪ੍ਰਤੀ ਤੁਸੀਂ ਕੀ ਸੋਚ ਹੈ ਜੀ, ਤੁਸੀਂ ਜਾਂ ਘੋੜਿਆਂ ਬਾਰੇ ਕੀ ਸੋਚਦੇ ਆ? ਇਹਨਾਂ ਦਾ ਸ਼ੁਰੂ ਤੋਂ ਹੀ, ਹਾਂਜੀ, ਖਾਨਦਾਨੀ ਸ਼ੌਂਕ ਚੱਲਦਾ ਆ ਰਿਹਾ ਜੀ, ਸ਼ੁਰੂ ਤੋਂ ਸ਼ੌਂਕ ਹੈ ਇਹਨਾਂ ਦਾ। ਠੀਕ ਹੈ। ਬਾਕੀ ਇਹਨਾਂ ਨਾਲ ਪਿਆਰ ਆ ਜੀ। ਠੀਕ ਹੈ। ਤੇ ਜੇ ਇਹ ਘਰੇ ਨਾ ਹੋਣ ਜੀ ਨਹੀਂ ਲੱਗਦਾ ਹੈਗਾ, ਤੇ ਘਰ ਵੀ ਸੁਣਾ ਸੁਣਾ ਲੱਗੀ ਜਾਂਦਾ ਇਹਨਾਂ ਤੋਂ ਬਿਨਾਂ। ਠੀਕ ਹੈ। ਹਾਂਜੀ, ਤੇ ਤੁਸੀਂ ਜਦੋਂ ਦੱਸਿਆ ਵੀ ਤੁਹਾਡੇ ਪਰਿਵਾਰ ਦੇ ਵਿੱਚ ਬਹੁਤ ਪੁਰਾਣੇ ਤੁਸੀਂ ਘੋੜੀਆਂ ਰੱਖਦੇ ਆ, ਤੇ ਤੁਸੀਂ ਵੀ ਮਤਲਬ ਬਹੁਤ ਛੋਟੇ ਹੋਵੋਗੇ ਜਦੋਂ ਦੇ ਘੋੜਿਆਂ ਨਾਲ ਤੁਹਾਨੂੰ ਵੀ ਪਿਆਰ ਪੈ ਗਿਆ? ਹਾਂਜੀ, ਡੈਡੀ ਜੀ ਸਾਨੂੰ ਛੋਟੇ ਛੋਟੇ ਹੁੰਦਿਆਂ ਨੂੰ ਵੀ ਹਾਂ ਘੋੜੀਆਂ ਦੇ ਬਿਠਾ ਦਿੰਦੇ ਸੀਗੇ ਜੀ। ਅੱਛਾ। ਇੱਕ ਅੱਧੀ ਵਾਰੀ ਡਿੱਗੇ ਹੋਵਾਂਗੇ ਜੀ। ਅੱਛਾ। ਤੇ ਬਸ ਫਿਰ ਮੁੜ ਕੇ ਪੱਕੇ ਜੇ ਮੈਂ ਕਹਿ ਦਈਏ ਸਵਾਰ ਬਣ ਕੇ ਫਿਰ ਮੁੜਕੀ ਨਹੀਂ ਜੀ। ਚਲੋ, ਹੁਣ ਅੱਗੇ ਕੋਈ ਹੋਰ ਜਾਨਵਰ ਵੀ ਲਿਆਉਣ ਦਾ ਕੋਈ ਪਲਾਨ ਹੈਗਾ ਤੁਹਾਡਾ? ਅਜੇ ਫਿਲਹਾਲ ਤਾਂ ਹੈ ਨਹੀਂ ਗਾ ਜੀ। ਅੱਛਾ, ਹਜੇ ਤੁਸੀਂ, ਤੁਹਾਡਾ ਧਿਆਨ ਇਹੀ ਹੈ ਵੀ ਇਹਨੂੰ ਤਿਆਰ ਕਰ ਲਈਏ ਪਹਿਲਾਂ, ਜੇ ਹੋਰ ਜਾਨਵਰ ਆ ਗਏ ਫਿਰ ਉੱਧਰ ਧਿਆਨ ਦੇਣਾ ਪਊ।
ਘੋੜੇ ਜੀ ਬੱਚਾ ਤੁਹਾਡਾ ਹੈਗਾ ਸੋਹਣਾ ਮੈਨੂੰ ਤਾਂ ਹੈਗਾ ਵੀ ਲੱਗਦਾ ਪੂਰਾ ਸਪੋਟਲੈਸ ਬੱਚਾ ਜੀ ਇੱਕ ਵੀ ਸਪੋਟ ਨਹੀਂ ਤੁਸੀਂ ਸਵੇਰੇ ਨਵਾਉਂਦੇ ਸੀ ਮੈਂ ਉਦੋਂ ਵੀ ਦੇਖਿਆ ਵੀ ਪੂਰਾ ਕੋਈ ਇੱਕ ਕਾਲਾ ਦਾਗ ਨਹੀਂ ਹੈਗਾ ਪੂਰੀ ਲਾਲੀ ਮਾਰਦੀ ਹੈ ਪਿੰਡੇ ਜੋ ਹਾਂ ਪੂਰਾ ਰੈੱਡ ਹੈ ਜੀ ਬੱਚਾ ਸਪੋਟਲੈਸ ਹੈ ਚਲੋ ਕਈ ਵਾਰੀ ਸ਼ੋਅ ਦੇ ਵਿੱਚ ਕਈ ਤਰ੍ਹਾਂ ਦੇ ਕੰਪੀਟੀਸ਼ਨ ਦੇ ਵਿੱਚ ਬੱਚਾ ਪਰਫਾਰਮ ਕਰੇ ਨਾ ਕਰੇ ਕਈ ਜਾਨਵਰ ਖੜਦੇ ਨਹੀਂ ਜੀ ਜਾ ਕੇ ਪਹਿਲੀ ਵਾਰੀ ਜਾ ਕੇ ਆਪਾਂ ਨੂੰ ਵੀ ਨਹੀਂ ਪਤਾ ਸੀਗਾ ਇੰਨਾ ਵੀ ਆਹ ਚੀਜ਼ਾਂ ਦੇਖੀ ਦੀਆਂ ਹਾਂ ਨਹੀਂ ਤਾਂ ਕਈ ਇੱਦਾਂ ਦੇ ਵਛੇਰੇ ਵੀ ਸੀਗੇ ਵੀ ਜਿਹੜੇ ਵਿਚਾਰੇ ਸ਼ੋਅ ਚੋਂ ਬਾਹਰ ਹੋ ਗਏ ਕਈ ਕਮੀਆਂ ਕਰਕੇ ਇਹ ਚਲੋ ਪਹਿਲੇ ਦਸਾਂ 'ਚ ਟੌਪ ਘੋੜਾ 'ਚ ਖੜਿਆ ਤਾਂ ਹੈਗਾ ਹਾਂਜੀ ਚਲੋ ਅੱਜ ਨੌਵੇਂ 'ਤੇ ਆਇਆ ਕੱਲ੍ਹ ਨੂੰ ਜਾ ਕੇ ਪੰਜਵੇਂ ਛੇਵੇਂ 'ਤੇ ਵੀ ਆਊਗਾ ਹੋਰ ਕਿਉਂਕਿ ਆਪਾਂ ਨੂੰ ਵੀ ਐਕਸਪੀਰੀਅੰਸ ਹੋ ਜਾਊਗਾ ਇਹਨਾਂ ਸ਼ੋਅ ਦਾ ਹਾਂਜੀ ਬਈ ਕੀ ਚੀਜ਼ ਦੇਖਦੇ ਆ ਸ਼ੋਅ ਦੇ ਵਿੱਚ ਜਿਹਦੇ ਵਿੱਚ ਕਮੀਆਂ ਨੇ ਉਹਨਾਂ ਨੂੰ ਕਿਵੇਂ ਦੂਰ ਕਰਨਾ ਜੀ ਹਾਂਜੀ ਉਹ ਸਾਰੀਆਂ ਚੀਜ਼ਾਂ ਵੀਰ ਜੀ ਕਾਫੀ ਘੋੜੇ ਪ੍ਰੇਮੀਆਂ ਦੀ ਤਿਆਰੀ ਸੀ ਮੈਨੂੰ ਬਹੁਤ ਭਰਾਵਾਂ ਦੇ ਫੋਨ ਵੀ ਆਏ ਕਿ ਅਸੀਂ ਬਟਾਲਾ ਸ਼ੋਅ ਦੀ ਤਿਆਰੀ ਕਰਦੇ ਹਾਂ ਪਰ ਤੁਹਾਨੂੰ ਪਤਾ ਹੈ ਵੀ ਜਿਹੜਾ ਹੁਣ ਇਸ ਵੇਲੇ ਕੋਰੋਨਾ ਦੇ ਕਰਕੇ ਸਰਕਾਰ ਨੇ ਪਾਬੰਦੀਆਂ ਲਾਈਆਂ ਨੇ ਇਸ ਕਰਕੇ ਭੀੜ ਇਕੱਠੀ ਨਾ ਹੋ ਸਕੇ ਤਾਂ ਕਰਕੇ ਉਹ ਨਵੰਬਰ ਤੱਕ ਪੋਸਟਪੋਨ ਕਰਤਾ ਸੋ ਹੋ ਸਕਦਾ 2021 ਦਾ ਸ਼ੋਅ ਨਵੰਬਰ ਦਸੰਬਰ ਚ ਹੋ ਜੇ ਸਾਡੀ ਸਾਰਿਆਂ ਦੀ ਤੇ ਇਹੀ ਆਸ ਹੈ ਜੀ ਹੋਵੇ ਜ਼ਰੂਰ ਸੋ ਕੋਈ ਗੱਲ ਨਹੀਂ ਜੀ ਬਹੁਤ ਵਧੀਆ ਜੀ ਵਧੀਆ ਵਧੀਆ ਤੁਸੀਂ ਮਿਹਨਤ ਕਰਦੇ ਆ ਪਰਮਾਤਮਾ ਐਂ ਹੀ ਤੁਹਾਨੂੰ ਜੋੜ ਕੇ ਰੱਖੇ ਘੋੜਿਆਂ ਨਾਲ ਤੇ ਫਿਰ ਮਿਲਦੇ ਰਹਾਂਗੇ ਜੀ ਧੰਨਵਾਦ ਥੈਂਕ ਯੂ।